ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਇੱਕ ਕਿਸਾਨ ਵੱਲੋਂ ਪਾਇਆ ਗਿਆ ਪਗੜਾ ਕੀਤਾ ਗਿਆ ਡਾਂਸ ਵੀਡੀਓ ਹੋ ਰਹੀ ਹੈ ਵਾਇਰਲ। ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਅੱਜ ਇੱਕ ਕਿਸਾਨ ਵੱਲੋਂ ਪਗੜੇ ਪਾਏ ਗਏ ਅਤੇ ਡਾਂਸ ਕੀਤਾ ਗਿਆ ਜਿਸ ਨੂੰ ਦੇਖਣ ਦੇ ਲਈ ਲੋਕ ਇੱਥੇ ਜਮ੍ਹਾਂ ਹੋ ਗਏ, ਜਿਸ ਦੀ ਇੱਕ ਵੀਡੀਓ ਵੀ ਵਟਸਐਪ ਗਰੁੱਪਾਂ ਦੇ ਵਿੱਚ ਵਾਇਰਲ ਹੋ ਰਹੀ ਹੈ। ਨਵੀਂ ਅਨਾਜ ਮੰਡੀ ਦੇ ਵਿੱਚ ਪੰਜਾਬੀ ਅਤੇ ਹਿੰਦੀ ਗਾਣਿਆਂ ਤੇ ਡਾਂਸ ਕਰਨ ਵਾਲੇ ਇਸ ਕਿਸਾਨ ਦਾ ਨਾਮ ਸੁਰੇਸ਼ ਕੁਮਾਰ ਹੈ ਜੋ ਕਿ ਅੱਜ ਪੂਰਾ ਦਿਨ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ। ਮੰਡੀ ਦੇ ਵਿੱਚ ਇਸ ਦੇ ਵੱਲੋਂ ਡਾਂਸ ਕੀਤਾ ਗਿਆ ਅਤੇ ਪੰਗੜੇ ਪਾਏ ਗਏ ਅਤੇ ਲੋਕਾਂ ਦਾ ਮਨੋਰੰਜਨ ਵੀ ਕੀਤਾ ਗਿਆ ਜਿਸ ਨੂੰ ਦੇਖਣ ਦੇ ਲਈ ਇੱਥੇ ਲੋਕ ਜਮ੍ਹਾਂ ਵੀ ਹੋ ਗਏ ਅਤੇ ਲੋਕਾਂ ਵੱਲੋਂ ਇਸ ਕਿਸਾਨ ਵੱਲੋਂ ਕੀਤੇ ਜਾ ਰਹੇ ਡਾਂਸ ਦਾ ਖੂਬ ਆਨੰਦ ਵੀ ਉਠਾਇਆ। ਡਾਂਸ ਕਿਉਂ ਕੀਤਾ ਜਾ ਰਿਹਾ ਇਸ ਬਾਰੇ ਕਿਸਾਨ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ। ਉਸਨੇ ਕਿਹਾ ਕਿ ਉਹ ਆਪਣੀ ਖੁਸ਼ੀ ਦੇ ਨਾਲ ਡਾਂਸ ਕਰ ਰਿਹਾ ਅਤੇ ਲੋਕਾਂ ਦਾ ਮਨੋਰੰਜਨ ਕਰ ਰਿਹਾ। ਕਿਸ ਗੱਲ ਦੀ ਖੁਸ਼ੀ ਹੈ ਇਸ ਬਾਰੇ ਉਸਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਇਹ ਵੀਡੀਓ ਫਾਜ਼ਿਲਕਾ ਦੇ ਵਿੱਚ ਵਟਸਐਪ ਗਰੁੱਪਾਂ ਦੇ ਅੰਦਰ ਖੂਬ ਵਾਇਰਲ ਹੋ ਰਹੀ ਹੈ। ਬਈ ਤੁਹਾਡਾ ਸੁਰੇਸ਼ ਕੁਮਾਰ, ਹਾਂਜੀ, ਕੀ ਨੱਚ ਕੇ ਰਹੇ ਹੋ ਜੀ ਮੰਡੀ ਦੇ ਵਿੱਚ? ਨੱਚ ਕੇ ਰਹੇ ਹੋ ਮੰਡੀ ਦੇ ਵਿੱਚ? ਵੈਸੇ ਖੁਸ਼ੀ ਹੈ ਆਪਦੀ। ਕਿਸ ਗੱਲ ਦੀ ਖੁਸ਼ੀ ਹੈ ਜੀ? ਆਪਦੀ ਖੁਸ਼ੀ ਹੈ ਜੀ, ਚੱਲ ਰਿਹਾ ਹੈ ਨੱਚ ਲੈ। हाथों को बार बार साबुन या अल्कोहल आधारित सैनिटाइजर से धोएं। छींक और खांसते समय अपना मुंह और नाक टिश्यू या रुमाल से ढकें। प्रयोग के बाद टिश्यू को किसी बंद डब्बे में फेंक दें। बुखार, खांसी, सांस लेने में तकलीफ होने पर डॉक्टर से तुरंत संपर्क करें। डॉक्टर से मिलने के दौरान अपना नाक और मुंह मास्क या कपड़े से ढकें। भीड़भाड़ वाली जगहों में जाने से बचें और बुखार, खांसी, सांस लेने में तकलीफ होने पर दूसरों के संपर्क में ना आएं। ये भी ख्याल रखें कि अपनी आंख, नाक या मुंह को ना छुएं और सार्वजनिक स्थानों पर ना थूकें।